ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਦੁਬਈ ਦਾ ਟੂਰ ਸਾਡਾ ਚੱਲ ਰਿਹਾ ਹੈ, ਦਿਨ ਰਾਤ ਦੀਵਾਨ ਚੱਲ ਰਹੇ ਹੈ, ਬਹੁਤ ਸੰਗਤ ਲਾਹਾ ਲੈ ਰਹੀ ਹੈ, ਕਥਾ ਕੀਰਤਨ ਰਾਹੀਂ ਗੁਰੂ ਸਾਹਿਬ ਨਾਲ ਜੋੜਿਆ ਜਾ ਰਿਹਾ। ਅਤੇ ਇਸ ਦੌਰਾਨ ਸੰਗਤ ਜਿਨ੍ਹਾਂ ਨੇ ਸਾਨੂੰ ਬੁਲਾਇਆ, ਸਪੋਂਸਰ ਕੀਤਾ, ਟਿਕਟਾਂ ਲਾਈਆਂ, ਉਹ ਸਾਨੂੰ ਬੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ। 30 ਸਾਲ ਹੋ ਗਏ ਦਾਸ ਨੂੰ ਕੀਰਤਨ ਕਰਦਿਆਂ। ਜਿੱਦਾਂ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ, ਉਸ ਦਿਨ 100 ਰੁਪਈਆ ਸਾਨੂੰ ਭੇਟਾ ਮਿਲੀ ਸੀ, ਮੈਨੂੰ ਯਾਦ ਹੈ। ਅਤੇ ਇੱਕ ਮਾਤਾ ਨੇ ਖੇਸ ਦਿੱਤਾ ਸੀਗਾ, ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ। ਤੋ ਮੈਂ ਬੇਨਤੀ ਕਰਦਾ ਕਿ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ ਕਿ ਜੇ ਅਸੀਂ ਇੱਕ ਦਿਨ ਬੁਰਜ ਖਲੀਫਾ 'ਤੇ ਚੜ੍ਹ ਗਏ ਉੱਪਰ, ਅਤੇ ਔਰ ਉੱਥੇ ਜਾ ਕੇ ਅਸੀਂ ਬੁਰਜ ਖਲੀਫੇ ਦੀ ਉਹ ਉੱਪਰ ਟੌਪ 'ਤੇ ਗਏ, ਉੱਥੇ ਵੇਖ ਰਹੇ ਹਾਂ, ਹੱਸ ਖੇਡ ਰਹੇ ਹਾਂ, 10-12 ਜਾਣੇ ਅਸੀਂ, ਅਤੇ ਇਸ ਦੌਰਾਨ ਮੈਂ ਥੋੜ੍ਹਾ ਜਿਹਾ ਆਪ ਹੀ ਇਸ ਗੱਲ ਨੂੰ ਕਿਹਾ, ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਵੀ ਤਜਰਬਾ ਦਿਖਾਉਣਾ, ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ, ਅਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਖਾਉਣਾ। ਮੈਂ ਜਾਣ ਬੁੱਝ ਕੇ ਬੁਰਜ ਖਲੀਫਾ 'ਤੇ ਉਹ ਹਾਸੇ ਵਾਲੀ ਗੱਲ ਕੀਤੀ, ਬੁਰਜ ਖਲੀਫਾ ਜਾਣ ਬੁੱਝ ਕੇ ਮੈਂ ਇਹਨਾਂ ਸਿੰਘਾਂ ਨੂੰ ਸਾਰਿਆਂ ਨੂੰ ਕਿਹਾ, ਮੈਂ ਕਿਹਾ ਆਪਾਂ ਲੋਕਾਂ ਦਾ ਮਾਇੰਡ ਦੇਖਿਓ, ਮਾਇੰਡ ਕਿੱਥੇ ਸੈੱਟ ਹੈ, ਲੋਕਾਂ ਨੇ ਕਿਹੜੀ ਚੀਜ਼ ਚੱਕਣੀ ਆ। ਮਾਫ ਕਰਿਓ, ਆ ਪਿੱਛੇ ਜੇ ਉਹ ਸਾਗਰ ਦੀ ਬੋਟੀ ਵਾਲੀ ਉਹ ਜਿਹੜੀ ਇੰਡੀਕਾ ਕਾਰ, ਕਿੱਥੇ ਤੁਸੀਂ ਦਿਮਾਗ ਕਿੱਥੇ ਆਪਣੇ ਗਏ, ਸਾਡੀ ਸੋਚ ਕਿੱਡੀ ਨਿਗਰ ਗਈ ਹੈ। ਜੇ 30 ਸਾਲ ਕੀਰਤਨ ਕਰਕੇ ਇੱਕ ਬੰਦਾ ਬੁਰਜ ਖਲੀਫਾ ਦੇਖ ਰਿਹਾ, ਅਤੇ ਸੰਗਤ ਜਿਨ੍ਹਾਂ ਨੇ ਸਾਡੀਆਂ ਟਿਕਟਾਂ ਲਾਈਆਂ, ਜਿਨ੍ਹਾਂ ਨੇ ਸਪੋਂਸਰ ਕੀਤਾ, ਜਿਹੜੇ ਟਿਕਟਾਂ ਖਰੀਦ ਕੇ ਮਹਿੰਗੀਆਂ ਸਾਨੂੰ ਬੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ, ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ, ਅਤੇ ਤੁਹਾਡਾ ਘਰੇ ਬੈਠਿਆਂ ਦਾ ਢਿੱਡ ਦੁਖੀ ਜਾਂਦਾ ਵੀ ਬੁਰਜ ਖਲੀਫਾ 'ਤੇ ਬਾਬੇ ਕਿਉਂ ਚਲੇ ਗਏ, ਕਿਸ਼ਤੀ 'ਚ ਬੈਠੇ ਕਿਉਂ ਚੱਪੂ ਮਾਰ ਰਹੇ ਆ, ਅਤੇ ਕਿਸ਼ਤੀ ਵਿੱਚ ਲੇਕ ਦੇ ਵਿੱਚ ਉਹ ਜਾ ਰਹੇ ਆ। ਭਾਈ ਅਸੀਂ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ, ਅਸੀਂ ਵੀ ਮਾਂ ਪਿਓ ਸਾਡੇ ਸਿਰ ਤੇ ਹੈਗੇ ਆ, ਸਾਡੀਆਂ ਵੀ ਜ਼ਮੀਨਾਂ ਜਾਇਦਾਦਾਂ ਹੈਗੀਆਂ ਆ, ਠੀਕ ਹੈ। ਜੋ ਕਥਾ ਕੀਰਤਨ ਦੀ ਮੈਨੂੰ ਭੇਟਾ ਮਿਲਦੀ ਹੈ, ਤੁਸੀਂ ਮੇਰਾ ਜੀਵਨ ਦੂਰੋਂ ਦੇਖਿਆ, ਮੇਰੇ ਨੇੜੇ ਆ ਕੇ ਮੈਨੂੰ ਮਿਲੋ, ਮੇਰੇ ਨਾਲ 4 ਦਿਨ ਰਹੋ, ਤੇ ਤੁਹਾਨੂੰ ਪਤਾ ਲੱਗੂਗਾ ਅਸੀਂ ਇੱਕ ਇੱਕ ਪੈਸਾ ਗੁਰੂ ਘਰ ਤੇ ਲਾ ਰਹੇ ਹਾਂ। ਅੱਜ ਤੱਕ ਮੈਂ ਆਪਦਾ ਘਰ ਨਹੀਂ ਬਣਾ ਸਕਿਆ, ਮੈਂ ਤਨ ਮਨ ਧਨ, ਇਹ ਮੈਂ ਵਡਿਆਈ ਆਪਣੀ ਨਹੀਂ ਕਰ ਰਿਹਾ, ਪਰ ਮੈਂ ਉਹ ਨਿੰਦਕਾਂ ਨੂੰ ਕਹਿ ਰਿਹਾ ਵੀ ਜਦੋਂ ਤੁਹਾਨੂੰ ਪਤਾ ਹੀ ਨਹੀਂ ਮੇਰੀ ਜ਼ਿੰਦਗੀ ਬਾਰੇ, ਤੇ ਕਾਹਤੋਂ ਬਕਵਾਸ ਕਰਦੇ ਹਾਂ, ਤੁਹਾਨੂੰ ਕਿਹਨੇ ਹੱਕ ਦਿੱਤਾ, ਤੁਸੀਂ ਸਾਨੂੰ ਕਹਿੰਦੇ ਹੋ ਸਾਧ ਵਿਹਲੜ ਵਿਹਲੜ, ਤੁਸੀਂ ਉਹ ਜਿਹੜੇ ਐਡੇ ਐਡੇ ਕਮੈਂਟ ਲਿਖ ਕੇ ਪਾ ਦਿੰਦੇ ਹੋ, ਤੁਹਾਨੂੰ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ। ਉਹੀ ਜੋਨੀ ਬਾਬਾ ਹੈ ਜਿਹੜਾ ਕਿਸਾਨੀ ਮੋਰਚ ਸਭ ਤੋਂ ਮੂਹਰੇ ਗਿਆ ਸੀ, ਉਹੀ ਜੋਨੀ ਬਾਬਾ ਹੈ ਜਦੋਂ ਧਰਨੇ ਲੱਗਦੇ ਸਭ ਤੋਂ ਮੂਹਰੇ ਜਾਂਦਾ, ਉਹੀ ਜੋਨੀ ਬਾਬਾ ਹੈ ਜਦੋਂ ਬੰਦੀ ਸਿੰਘਾਂ ਲਈ ਚੰਡੀਗੜ੍ਹ ਮੋਰਚੇ ਲੱਗੇ ਸਭ ਤੋਂ ਮੂਹਰੇ ਗਿਆ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਕਿੱਥੇ ਸਟੈਂਡ ਕਰਦੇ ਹੋ ਯਾਰ ਤੁਸੀਂ। ਪਰ ਮੈਂ ਕਈ ਵਾਰੀ ਸੋਚਦਾ ਹੁੰਦਾ, ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਹੀਂ ਬਣੇ ਜਿਹਨੇ ਸਰਬੰਸ ਵਾਰਤਾ ਤੁਹਾਡੀ ਖਾਤਰ, ਜੋਨੀ ਕਿਹਦਾ ਵਿਚਾਰ ਹੈ, ਮੈਂ ਕਿਹੜੇ ਬਾਗ ਦੀ ਮੋਲੀ ਹਾਂ, ਆਹ ਔਕਾਤ ਹੈ ਤੁਹਾਡੀ, ਤੁਸੀਂ ਗੱਲਾਂ ਕਰਦੇ ਹੋ, ਤੁਹਾਡੇ ਤੋਂ ਲੈ ਕੇ ਨਹੀਂ ਖਾਣਾ। ਬੁਰਜ ਖਲੀਫਾ ਤੇ ਇਹਨਾਂ ਨੂੰ ਧੁੱਪੇ ਕੰਮ ਕਰਾਓ। ਭਾਈ ਜੇ ਗੁਰਬਾਣੀ ਕਹਿੰਦੀ ਹੈ ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ, ਜੇ ਮਾਲਕ ਨੇ ਸਾਨੂੰ ਇਹ ਕਿਰਤ ਬਖਸ਼ੀ ਹੈ, ਇਹੀ ਸਾਡੀ ਕੀਰਤੀ ਹੈ, ਇਹੀ ਸਾਡੀ ਕਿਰਤ ਹੈ, ਤੁਹਾਨੂੰ ਉਹ ਕੰਮ ਦਿੱਤੇ ਤੁਸੀਂ ਉਹ ਕਰਨੇ ਆ, ਸਾਡੇ ਕੰਮ ਤੁਸੀਂ ਨਹੀਂ ਕਰ ਸਕਦੇ, ਤੁਹਾਡੇ ਕੰਮ ਅਸੀਂ ਨਹੀਂ ਕਰ ਸਕਦੇ। ਹਰੇਕ ਪਰਸਨ ਯੂਨੀਕ ਹੈ,
ਫਿਰ ਕਾਹਤੋਂ ਬਕਵਾਸ ਕਰਦੇ ਹੋ? ਜਦੋਂ ਤੁਸੀਂ ਮੈਨੂੰ ਰੁਪਈਆ ਦਿੱਤਾ ਨਹੀਂ ਤੇ ਫਿਰ ਮੈਂ ਆਪਣੀ ਮਾਇਆ ਨਾਲ ਜੋ ਮੈਨੂੰ ਸੱਦਦੇ ਹੈ ਉਹ ਮਾਇਆ ਖਰਚ ਕੇ ਮੈਨੂੰ ਜਿੱਥੇ ਮਰਜ਼ੀ ਲਿਜਾਣ ਮੈਂ ਜਾਊਂਗਾ। ਮੈਨੂੰ ਕੋਈ ਰੋਕ ਟੋਕ ਨਹੀਂ, ਮੈਂ ਤੁਹਾਡਾ ਕੋਈ ਦੇਣਾ ਨਹੀਂ। ਮਨੁੱਖਾ ਦੇਹੀ ਚ ਮੈਂ ਵੀ ਆਇਆ ਜੇ ਤੁਸੀਂ ਆਏ ਹੋ, ਮੈਂ ਆਪਣੀ ਮਰਜ਼ੀ ਕਰ ਸਕਦਾ, ਠੀਕ ਹੈ ਨਾ? ਤੁਹਾਡਾ ਕੋਈ ਹੱਕ ਨਹੀਂ ਮੈਨੂੰ ਰੋਕਣ ਦਾ ਜਾਂ ਟੋਕਣ ਦਾ। ਤੁਸੀਂ ਆਪ ਕੀ ਕਰਦੇ ਹੋ? ਤੁਸੀਂ ਪੰਜਾਬ ਉਜਾੜ ਕੇ ਰੱਖਦੇ, ਤੁਸੀਂ ਆਪਣੇ ਬੱਚਿਆਂ ਦੇ ਵਿਆਹਾਂ ਤੇ 20-30 ਲੱਖ ਲਾ ਕੇ ਖਾੜੇ ਲਵਾਉਂਦੇ ਹੋ, ਸ਼ਰਾਬਾਂ ਪਿਆਉਂਦੇ ਹੋ, ਕੀ ਨਹੀਂ ਕੜੀ ਘੋਲ ਦੇ ਗੰਦ ਪਾਉਂਦੇ ਤੁਸੀਂ? ਤੁਸੀਂ ਗੱਲਾਂ ਸਾਧਾ ਨੂੰ ਕਰਦੇ ਹੋ? ਕਦੇ ਬਾਬਾ ਹਰਨਾਮ ਸਿੰਘ ਜੀ ਧੁੰਮਾ ਤੁਹਾਡੇ ਲਈ ਮਾੜੇ ਆ, ਕਦੇ ਢੱਡਰੀਆਂ ਵਾਲੇ ਤੁਹਾਡੇ ਲਈ ਮਾੜੇ ਆ, ਕਦੇ ਬਾਬਾ ਗੁਲਾਬ ਸਿੰਘ ਤੁਹਾਡੇ ਲਈ ਮਾੜਾ ਆ, ਕਦੇ ਸਾਰਾ ਸੰਤ ਸਮਾਜ ਤੁਹਾਡੇ ਲਈ ਮਾੜਾ। ਤੁਸੀਂ ਕਿੱਧਰਲੇ ਚੰਗੇ ਆ ਗਏ ਬਈ? ਤੁਹਾਡੇ ਪੱਲੇ ਕੀ ਹੈ? ਸਿਰਫ ਇੱਕ ਨਿੰਦਿਆ ਕਰਨੀ ਆਉਂਦੀ ਹੈ ਤੁਹਾਨੂੰ? ਕਮਾਲ ਹੋ ਗਈ ਯਾਰ। ਮੈਂ ਜਾਣ ਬੁੱਝ ਕੇ ਪਾਈਆਂ ਜੋ ਕਿਸ਼ਤੀ ਚ ਵੀ ਜਾ ਰਿਹਾ ਵੀ ਆਨੰਦ ਲੈ ਕੇ, ਤੁਹਾਨੂੰ ਪਤਾ ਨੀ ਲੱਗਦਾ 43 ਸਾਲ ਦੀ ਉਮਰ ਹੈ ਮੇਰੀ, ਮੈਂ ਕੋਈ ਮੂਰਖ ਨਹੀਂ ਆ। ਮੈਂ ਜਾਣ ਕੇ ਪਾਈਆਂ। ਮੈਂ ਕਿਹਾ ਦੇਖੋ ਲੋਕਾਂ ਦੇ ਦਿਮਾਗ ਦੇਖ ਲਿਓ ਤੁਸੀਂ, ਵੀ ਇਹਨਾਂ ਨੇ ਕੀਰਤਨ ਨੀ ਸੁਣਨਾ, ਕਥਾ ਨੀ ਸੁਣਨੀ। ਪਾਠੀ ਸਿੰਘਾਂ ਦੇ ਹੱਕ ਚ ਮੈਂ ਬੋਲਿਆ ਵੈਸਲ ਕਿਵੇਂ, ਉਹ ਨੀ ਤੁਸੀਂ ਸੁਣਿਆ? ਗਰੀਬ ਜਿਹੜੇ ਬੱਚੇ 10-5 ਬੱਚਿਆਂ ਨੂੰ ਪੜ੍ਹਾ ਰਿਹਾ, ਜਿਹੜੇ ਅਫਸਰ ਬਣ ਗਏ ਵੱਡੇ ਪੰਜਾਬ ਦੇ ਵਿੱਚ, ਤੁਸੀਂ ਤਾਂ ਪੰਜਾਬ ਛੱਡ ਕੇ ਜਾ ਰਹੇ ਹੋ। ਤੁਸੀਂ ਗੱਲਾਂ ਕਰਦੇ ਹੋ? ਨਾ ਬੁਲਾਓ ਮੈਥੋਂ, ਨਾ ਬੁਲਾਓ ਚੰਗੇ ਰਹੋਗੇ। ਤੁਸੀਂ ਨਾਸ ਮਾਰਿਆ ਹੋਇਆ ਪੰਜਾਬ ਦਾ, ਪਾਣੀ ਤੁਸੀਂ ਮੁਕਾਤੇ, ਦਰਖਤ ਤੁਸੀਂ ਮੁਕਾਤੇ, ਕੁਦਰਤ ਦਾ ਜਿੰਨਾ ਖਿਲਵਾੜ ਤੁਸੀਂ ਕਰਦੇ ਹੋ ਕੋਈ ਨੀ ਕਰਦਾ, ਜਿੰਨੇ ਪਸ਼ੂ ਪੰਛੀ ਤੁਸੀਂ ਮਾਰਦੇ ਹੋ ਅੱਗਾਂ ਲਾ ਲਾ ਕੇ ਖੇਤਾਂ ਚ, ਇੰਨਾ ਪਾਪ ਕੋਈ ਨੀ ਕਰਦਾ। ਤੁਸੀਂ ਗੱਲਾਂ ਕਰਦੇ ਹੋ? ਆਪਣੀ ਲਿਮਿਟ ਵਿੱਚ ਰਹੋ, ਆਪਣਾ ਘਰ ਵੇਖੋ, ਆਪਣਾ ਪਰਿਵਾਰ ਸਾਂਭੋ, ਕਿਸੇ ਦੀ ਜ਼ਿੰਦਗੀ ਨੂੰ ਨਾ ਜੱਜ ਕਰੋ। ਮੈਂ ਤੁਹਾਨੂੰ ਤੁਹਾਡੀ ਔਕਾਤ ਵਿਖਾਈ ਆ ਕਿ ਤੁਹਾਡਾ ਦਿਮਾਗ ਇੰਨਾ ਕੁ ਕੰਮ ਕਰਦਾ, ਇੱਥੇ ਕੁ ਤੁਸੀਂ ਤੁਹਾਡੀ ਸੋਚ ਖੜੀ ਆ। ਤੁਸੀਂ ਔਗਣ ਵੇਖਣ ਗਿੱਜੇ ਹੋ ਲੋਕਾਂ ਦੇ, ਤੁਸੀਂ ਗੁਰਸਿੱਖ ਹੈ? ਮਹਾਰਾਜ ਕਹਿੰਦੇ ਸਾਂਝ ਕਰੀਜੈ ਗੁਣੇ ਕੇਰੀ, ਛੋੜ ਔਗਣ ਚੱਲੀਏ। ਮੇਰੇ ਚ 20 ਔਗਣ ਹੋਣਗੇ, 20 ਗੁਣ ਵੀ ਹੋਣਗੇ, ਤੁਸੀਂ ਸਾਂਝ ਗੁਣਾ ਦੀ ਰੱਖੋ। ਤੁਸੀਂ ਔਗਣਾ ਤੋਂ ਕੀ ਲੈਣਾ? ਤੁਸੀਂ ਚੱਕ ਦੀ ਔਗਣ, ਕਿਉਂਕਿ ਤੁਸੀਂ ਆਪ ਔਗਣਾ ਦੇ ਭਰੇ ਹੋਏ ਹੋ। ਚੋਰ ਨੂੰ ਸਾਰੇ ਚੋਰ ਦਿੰਦੇ ਆ, ਬੇਈਮਾਨ ਨੂੰ ਸਾਰੇ ਬੇਈਮਾਨ ਦਿੰਦੇ ਆ। ਬਹੁਤ ਕੁਛ ਬੋਲਣ ਨੂੰ ਹੈ ਮੇਰੇ ਕੋਲ, ਬਹੁਤ ਕੁਛ, ਪਰ ਤੁਸੀਂ ਜਿਹੜੇ ਮਾੜੇ ਕਮੈਂਟ ਕਰਨ ਵਾਲੇ ਹੋ ਆਪਦੇ ਗਰੀਬਾਨ ਚ ਝਾਤੀ ਮਾਰਿਓ। ਫਰੀਦਾ ਜੇ ਤੂੰ ਅਤਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਵੇਖ। ਆਪਣੇ ਅੰਦਰ ਝਾਤੀ ਮਾਰੋ, ਕਿਸੇ ਤੇ ਉਂਗਲ ਚੁੱਕਣ ਲੱਗੇ, ਨਾਲੇ ਜਦੋਂ ਇੱਕ ਉਂਗਲ ਕਿਸੇ ਵੱਲ ਚੱਕਦੇ ਆ ਨਾ, 3 ਉਂਗਲਾਂ ਆਪਣੇ ਵੱਲ ਆਉਂਦੀਆਂ। ਇਹ ਯਾਦ ਰੱਖਿਓ, ਰੱਬ ਦੀ ਦਰਗਾਹ ਚ ਲੇਖਾ ਦੇਣਾ ਤੁਸੀਂ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।